ਕੀ ਤੁਹਾਨੂੰ ਪਤਾ ਹੈ ਕਿ ਸੀਐਮ ਭਗਵੰਤ ਮਾਨ ਦੀ ਕਿੰਨੀ ਤਨਖਾਹ ਜਾਂ ਫਿਰ ਇੱਕ ਆਮ MLA ਤੇ ਇੱਕ ਕੈਬਨਿਟ ਮਿਨਿਸਟਰ ਦੀ ਕਿੰਨੀ ਤਨਖਾਹ ਹੁੰਦੀ ਹੈ? ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਦੱਸੂਗਾ ਕਿ ਇਹਨਾਂ ਸਾਰਿਆਂ ਦੀ ਤਨਖਾਹ ਕਿੰਨੀ ਹੈ। ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਅਤੇ ਮੇਰੇ ਪੇਜ ਨੂੰ ਫੋਲੋ ਕਰ ਲਿਓ, ਵੀਡੀਓ ਨੂੰ ਲਾਈਕ ਕਰ ਦਿਓ, ਵੀਡੀਓ ਸ਼ੇਅਰ ਕਰਨਾ ਭੁੱਲਿਓ ਨਾ। ਇਸ ਪੇਜ ਦੇ ਉੱਤੇ ਤੁਹਾਨੂੰ ਸਿਰਫ ਨੌਲੇਜੇਬਲ ਚੀਜ਼ਾਂ ਮਿਲਣਗੀਆਂ, ਬੇਫਾਲਤੂ ਦੇ ਕੋਈ ਵੀ ਕੰਟੈਂਟ ਇਸ ਚੀਜ਼ 'ਤੇ ਤੁਹਾਨੂੰ ਨਹੀਂ ਮਿਲੇਗਾ। ਜੇ ਆਪਾਂ ਗੱਲ ਕਰੀਏ ਕਿ MLA ਦੀ ਤਨਖਾਹ ਕਿੰਨੀ ਹੁੰਦੀ ਹੈ, ਇੱਕ MLA ਦੀ ਤਨਖਾਹ ਸਾਰਾ ਕੁਝ ਅਲਾਉਂਸਸ ਮਿਲਾ ਕੇ ਇਹ ਲਗਭਗ 1,14,000 ਰੁਪਏ ਉਹਦੇ ਹੱਥ 'ਤੇ ਧਰਿਆ ਜਾਂਦਾ, ਜਾਂ ਕਹਿ ਲਓ ਉਹਦੇ ਬੈਂਕ ਅਕਾਊਂਟ ਦੇ ਵਿੱਚ ਪਾਇਆ ਜਾਂਦਾ। ਅਤੇ ਇੱਕ ਕੈਬਨਿਟ ਮਿਨਿਸਟਰ ਦੀ ਤਨਖਾਹ ਕਿੰਨੀ ਹੁੰਦੀ ਹੈ? ਇੱਕ ਕੈਬਨਿਟ ਮਿਨਿਸਟਰ ਦੀ ਤਨਖਾਹ ਲਗਭਗ 2,00,000 ਰੁਪਈਆ ਹੁੰਦੀ ਆ। ਅਤੇ ਕੈਬਨਿਟ ਮਿਨਿਸਟਰ ਅਤੇ ਇੱਕ MLA ਦੇ ਵਿੱਚ ਬਹੁਤ ਸਾਰਾ ਫਰਕ ਹੁੰਦਾ। MLA ਕੋਲ ਚੁਆਇਸ ਹੁੰਦੀ ਹੈ ਕਿ ਉਹ ਜਾਂ ਤਾਂ ਫਿਰ ਪਾਇਲਟ ਜਿਪਸੀ ਲਵੇ ਜਾਂ ਫਿਰ ਇੱਕ ਗੱਡੀ ਲਵੇ। ਪਿਛਲੇ 10 ਸਾਲਾਂ ਤੋਂ ਪੰਜਾਬ ਦੇ ਹਰ ਇੱਕ MLA ਨੂੰ ਇੱਕ ਇਨੋਵਾ ਦਿੱਤੀ ਜਾਂਦੀ ਆ। ਉਹਦੇ ਕੋਲ ਚੁਆਇਸ ਹੁੰਦੀ ਹੈ ਜਾਂ ਤਾਂ ਫਿਰ ਇੱਕ ਇਨੋਵਾ ਲਵੇ ਜਾਂ ਫਿਰ ਇੱਕ ਪਾਇਲਟ ਜਿਪਸੀ ਲਵੇ ਜੋ 5 ਸਾਲ ਦੇ ਲਈ ਉਹਦੀ ਹੋਵੇਗੀ, ਉਸ ਤੋਂ ਬਾਅਦ ਵੀ ਉਹਦੀ ਰਹੇਗੀ ਗੱਡੀ, ਪਰ ਪਾਇਲਟ ਜਿਪਸੀ 5 ਸਾਲਾਂ ਬਾਅਦ ਵਾਪਸ ਲੈ ਲਿੱਤੀ ਜਾਵੇਗੀ। ਜੇ ਆਪਾਂ ਗੱਲ ਕਰੀਏ ਕਿ ਕੈਬਨਿਟ ਮਿਨਿਸਟਰ ਨੂੰ ਇੱਕ ਗੱਡੀ ਵੀ ਦਿੱਤੀ ਜਾਂਦੀ ਹੈ ਨੋਵਾ, ਅਤੇ ਉਸ ਦੇ ਨਾਲ ਇੱਕ ਪਾਇਲਟ ਜਿਪਸੀ ਵੀ ਦਿੱਤੀ ਜਾਂਦੀ ਹੈ, ਅਤੇ ਨਾਲ ਸਿਕਿਉਰਿਟੀ ਵੀ ਜ਼ਿਆਦਾ ਦਿੱਤੀ ਜਾਂਦੀ ਹੈ ਕਿ ਆਮ MLA ਦੇ ਨਾਲੋਂ। ਇੱਕ ਆਮ MLA ਦੇ ਕੋਲ ਸਿਰਫ ਇੱਕ MLA ਹੋਸਟਲ ਹੁੰਦਾ ਜਿਸ ਦੇ ਵਿੱਚ ਉਹ ਰਹਿ ਸਕਦੇ, ਇੱਕ ਉਹਦਾ ਘਰ ਤਾਂ ਚਲੋ ਅਲੱਗ ਗੱਲ ਹੈਗੀ, ਇੱਕ ਸਰਕਾਰ ਵੱਲੋਂ ਦਿੱਤਾ ਗਿਆ ਇੱਕ MLA ਹੋਸਟਲ ਹੁੰਦਾ, ਪਰ ਇੱਕ ਕੈਬਨਿਟ ਮਿਨਿਸਟਰ ਦੇ ਕੋਲ ਇੱਕ ਕੋਠੀ ਦਿੱਤੀ ਜਾਂਦੀ ਆ ਜੋ ਬਹੁਤ ਵੱਡੀ ਹੁੰਦੀ ਆ ਐਜ਼ ਕੰਪੇਅਰ ਟੂ MLA ਹੋਸਟਲ। ਜੇ ਆਪਾਂ ਗੱਲ ਕਰੀਏ ਕਿ MLA ਨੂੰ ਡੀਜ਼ਲ ਕਿੰਨਾ ਮਿਲਦਾ, ਡੀਜ਼ਲ ਉਹਨੂੰ ਇੱਕ ਅਲੱਗ ਮਾਤਰਾ ਦੇ ਵਿੱਚ ਮਤਲਬ ਲਗਭਗ 1,14,000 ਦੇ ਵਿੱਚ, ਇੱਕ ਐਗਜ਼ਾਮਪਲ ਲਾ ਲਓ ਵੀ 10,000 ਰੁਪਏ ਦੇ ਦਿੱਤਾ ਜਾਂਦਾ ਕਿ ਇਹ ਤੇਰਾ ਤੇਲ ਦਾ ਖਰਚਾ, ਪਰ ਇੱਕ ਕੈਬਨਿਟ ਮਿਨਿਸਟਰ ਨੂੰ ਤੇਲ ਦਾ ਖਰਚਾ ਵੀ ਜ਼ਿਆਦਾ ਮਿਲਦਾ ਹੈ, ਜਾਂ ਕਹਿ ਲਓ ਕਿ ਜਿੰਨਾ ਵੀ ਉਹ ਤੇਲ ਵਰਤੇ ਕੋਈ ਇਸ਼ੂ ਨਹੀਂ, ਜਿੰਨਾ ਮਰਜ਼ੀ ਤੇਲ ਵਰਤੇ ਪੰਜਾਬ ਦੇ ਵਿੱਚ ਕੰਮ ਕਰਨ ਦੇ ਲਈ ਹੀ ਵਰਤਿਆ ਜਾਂਦਾ ਲਗਭਗ, ਉਹਦਾ ਕੋਈ ਵੀ ਚਾਰਜਿਸ ਕੈਬਨਿਟ ਮਿਨਿਸਟਰ ਨੂੰ ਨਹੀਂ ਲੱਗਦਾ। ਜੇ ਆਪਾਂ ਗੱਲ ਕਰੀਏ ਸੀਐਮ ਭਗਵੰਤ ਮਾਨ ਦੀ ਤਨਖਾਹ ਕਿੰਨੀ ਹੈ, ਤਾਂ ਸੀਐਮ ਭਗਵੰਤ ਮਾਨ ਦੀ ਤਨਖਾਹ ਲਗਭਗ 2,40,000 ਰੁਪਈਆ ਹੈਗੀ, ਅਤੇ ਉਹਦੇ ਵਿੱਚ ਸਾਰੇ ਅਲਾਇੰਸਿਸ ਮਿਲਾ ਕੇ ਹੀ 2,40,000 ਰੁਪਈਆ ਬਣਦੀ ਆ। ਉਹਦੇ ਵਿੱਚ ਪੈਟਰੋਲ ਜਾਂ ਫਿਊਲ ਉਹ ਜਿੰਨਾ ਵੀ ਵਰਤ ਸਕਦੇ ਨੇ ਗੱਡੀ। ਜੇ ਆਪਾਂ ਗੱਡੀ ਦੀ ਗੱਲ ਕਰੀਏ ਤਾਂ ਗੱਡੀ ਸੀਐਮ ਨੂੰ LC ਮਿਲਦੀ ਆ, ਇਨੋਵਾ MLA ਕੈਬਨਿਟ ਮਿਨਿਸਟਰ ਦੇ ਲਈ ਹੁੰਦੀ ਆ, ਅਤੇ LC ਹੁੰਦੀ ਆ ਸੀਐਮ ਮਾਨ ਦੇ ਲਈ ਹੁੰਦੀ ਆ। ਉਹ ਸਿਕਿਉਰਿਟੀ ਜਿੰਨੀ ਉਹ ਚਾਹੁਣ ਉਹਨਾਂ ਦੇ ਨਾਲ ਉਹ ਕੈਰੀ ਕਰ ਸਕਦੇ ਨੇ, ਆਪਣੀ ਫੈਮਿਲੀ ਨੂੰ ਉਹ ਜਿੰਨੀ ਮਰਜ਼ੀ ਸਿਕਿਉਰਿਟੀ ਦੇ ਸਕਦੇ ਨੇ, ਅਤੇ ਉਹਨਾਂ ਕੋਲ ਇਹ ਵੀ ਪਾਵਰ ਹੁੰਦੀ ਹੈ ਕਿ ਪੰਜਾਬ ਦੇ ਕਿਸੇ ਵੀ ਇਨਸਾਨ ਨੂੰ ਜਿੰਨੀ ਵੀ ਉਹ ਚਾਹੁਣ ਉਹ ਸਿਕਿਉਰਿਟੀ ਦੇ ਸਕਦੇ ਨੇ। ਜੇ Z+ ਸਿਕਿਉਰਿਟੀ ਦੇਣੀ ਆ ਤਾਂ ਉਹਨਾਂ ਨੂੰ ਫਰਮਾਇਸ਼ ਦੇਣੀ ਪਊ ਸੈਂਟਰ ਸਰਕਾਰ ਨੂੰ ਕਿ ਇਸ ਬੰਦੇ ਨੂੰ ਖਤਰਾ, ਤੁਸੀਂ ਇਹਨਾਂ ਨੂੰ Z+ ਜਾਂ Y+ ਸਿਕਿਉਰਿਟੀ ਦੇਵੋ, ਉਸ ਤੋਂ ਬਾਅਦ ਉਹਨਾਂ ਨੂੰ Y+ ਸਿਕਿਉਰਿਟੀ ਮਿਲਦੀ ਆ, ਅਤੇ Z+ ਸਿਕਿਉਰਿਟੀ ਵੀ ਦਿੱਤੀ ਜਾਂਦੀ ਹੈ ਸੀਐਮ ਮਾਨ। ਜੇ ਆਪਾਂ ਗੱਲ ਕਰੀਏ ਕੋਠੀ ਦੀ, ਇੱਕ ਅਲੱਗ ਘਰ ਹੁੰਦਾ ਗਿਆ ਸੀਐਮ ਦਾ, ਇੱਕ ਜਮ੍ਹਾਂ ਬਿਲਕੁਲ ਅਲੱਗ ਘਰ ਹੁੰਦਾ, ਉਹਦੇ ਤੋਂ ਜਿੰਨਾ ਵੀ ਖਰਚਾ ਕਰਵਾ ਕੇ ਉਸ ਨੂੰ ਰੈਨੋਵੇਟ ਵੀ ਕਰਵਾ ਸਕਦੇ। ਤਾਂ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਲਾਈਕ ਕਮੈਂਟ ਕਰਕੇ ਜ਼ਰੂਰ ਦੱਸਿਓ। ਧੰਨਵਾਦ ਜੀ।